ਹਾਂਜੀ ਦੋਸਤੋ ਮਾਲਵਾ ਪੈਡਲਾਈਵ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਪੈਂਪਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਵੀਡੀਓ ਦੀ ਸ਼ੁਰੂਆਤ ਤੋਂ ਪਹਿਲਾਂ ਮੈਂ ਸਾਰੇ ਪੈਂਪਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਹ ਵੀਡੀਓ ਉਨੀ ਹੀ ਜ਼ਰੂਰੀ ਹੈ ਜਿੰਨਾ ਕਿ ਤੁਹਾਡੇ ਲਈ ਕਨਸਟੇਬਲ ਤੇ ਸਬ ਇੰਸਪੈਕਟਰ ਦਾ ਐਗਜ਼ਾਮ ਹੈ ਕਿਉਂਕਿ ਇਸ ਵੀਡੀਓ ਦੇ ذریعے ਮੈਂ ਕੁਝ ਜ਼ਰੂਰੀ ਇਨਫੋਰਮੇਸ਼ਨ ਤੁਹਾਨੂੰ ਦੇਣੀ ਹੈ ਈਮੇਲਸ ਨੂੰ ਲੈ ਕੇ ਜਿਹੜੀਆਂ ਕਿ ਤੁਹਾਨੂੰ ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਆਣ ਗਈਆਂ ਤੇ ਆ ਰਹੀਆਂ ਹੋਣਗੀਆਂ ਠੀਕ ਹੈ ਜੀ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਦੇਖਣਾ ਤੁਹਾਡੀ ਹਰੇਕ ਗ ਠੀਕ ਹੈ ਜੀ ਆਪਾਂ ਪੂਡੀਓ ਦੀ ਕਰਦੇ ਹਾਂ ਸ਼ੁਰੂਆਤ ਤੇ ਸਭ ਤੋਂ ਪਹਿਲਾਂ ਮੈਂ ਇੱਕ ਛੋਟੀ ਜੀ ਬੇਨਤੀ ਕਰੂੰਗਾ ਜੇ ਤੁਸੀਂ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਨੋਟੀਫਿਕੇਸ਼ਨ ਤੁਹਾਨੂੰ ਪੇਲ ਦੇ ਆਧਾਰ ਤੇ ਮਿਲੇ ਤੇ ਕੋਈ ਵੀ ਮੇਰਾ ਵੀਰ ਜਿਹੜਾ ਵੀ ਕੋਈ ਪ੍ਰੋਬਲਮ ਦੇ ਵਿੱਚ ਹੈ ਉਹ ਕਮੈਂਟ ਸੈਕਸ਼ਨ ਦੇ ਵਿੱਚ ਫਿਰ ਵੀ ਪੁੱਛ ਸਕਦਾ ਹੈ ਠੀਕ ਹੈ ਲਾਈਕ ਕਰਨਾ ਤਾਂ ਵੀਡੀਓ ਬਿਲਕੁਲ ਨਾ ਭੁੱਲੀਓ ਤੁਹਾਡੇ ਲਈ ਖਾਸ ਕਰ ਬਣਾਨੇ ਆਪਾਂ ਸੋ ਦੋਸਤੋ ਦੇਖੋ ਪੰਜਾਬ ਪੁਲਿਸ ਦੇ ਵਿੱਚ ਜਦੋਂ ਸਬ ਇੰਸਪੈਕਟਰ ਦਾ ਐਗਜ਼ਾਮ ਹੋਇਆ ਤਾਂ ਤੁਹਾਨੂੰ ਕੁਝ ਦਿਨ ਪਹਿਲਾਂ ਤੁਹਾਨੂੰ ਅਨਾਉਂਸ ਕਰ ਦਿੱਤਾ ਗਿਆ ਸੀ ਕਿ ਤੁਹਾਡਾ ਜਿਹੜਾ ਪੇਪਰ ਹੈ ਉਸ ਦਾ ਐਡਮਿਟ ਕਾਰਡ ਲੇਟਰ ਕੋਈ ਵੀ ਇਨਫੋਰਮੇਸ਼ਨ ਹੈ ਤੁਹਾਡੀ ਜਿਹੜੀ ਈਮੇਲ ਦਿੱਤੀ ਹੋਈ ਹੈ ਜਿਹੜੀ ਕਿ ਤੁਸੀਂ ਫਾਰਮ ਭਰਨ ਲੱਗਿਆ ਤੁਸੀਂ ਈਮੇਲ ਦਿੱਤੀ ਸੀ ਜਾਂ ਫਿਰ ਤੁਸੀਂ ਜਿਹੜਾ ਰਜਿਸਟਰਡ ਮੋਬਾਈਲ ਨੰਬਰ ਦਿੱਤਾ ਸੀ ਉਸ ਦੇ ਉੱਤੇ ਤੁਹਾਨੂੰ ਇੱਕ ਨੋਟੀਫਿਕੇਸ਼ਨ ਆਵੇਗਾ ਬਟ ਕਈਆਂ ਭੈਣ ਭਰਾਵਾਂ ਦੇ ਈਮੇਲ ਪਹੁੰਚੀ ਹੈ ਤੇ ਕਈਆਂ ਭੈਣ ਭਰਾਵਾਂ ਨੂੰ ਈਮੇਲ ਇਹ ਪਹੁੰਚੀ ਹੈ ਵੀ ਜਿਹੜਾ ਤੁਹਾਡਾ ਐਡਮਿਟ ਕਾਰਡ ਤੇ ਬਾਰੇ ਤੁਹਾਨੂੰ ਨੋਲਿਜ ਦੇ ਦਿੱਤੀ ਜਾਵੇਗੀ ਹਫਤੇ ਪਹਿਲਾਂ ਬਟ ਐਦਾਂ ਦਾ ਕੁਝ ਨਹੀਂ ਹੋਇਆ ਤੁਹਾਨੂੰ ਉਹੀ ਈਮੇਲ ਇੱਕ ਆਈ ਹੈ ਉਸ ਤੋਂ ਬਾਅਦ ਜਿਹੜੇ ਮੇਰੇ ਭੈਣ ਭਰਾਵਾਂ ਤੱਕ ਕਈਆਂ ਤੱਕ ਇਹ ਵੀ ਇਨਫੋਰਮੇ ਵੈਬਸਾਈਟ ਤੇ ਤੁਸੀਂ ਲੌਗਇਨ ਕਰਕੇ ਡਾਊਨਲੋਡ ਕਰ ਲਓ ਉਹ ਮੇਰੇ ਪਿੰਡਪਰਾ ਕਈ ਰਹਿ ਵੀ ਗਏ ਨੇ ਸੋ ਇਸੇ ਕਰਕੇ ਮੈਂ ਇਹ ਵੀਡੀਓ ਬਣਾਈ ਹੈ ਤਾਂ ਕਿ ਤੁਸੀਂ ਕਿਤੇ ਅੱਗੇ ਜਾ ਕੇ ਪੰਬੜਪੂਸੇ 'ਚ ਨਾ ਪੈ ਜਾਓ ਇਸੇ ਕਰਕੇ ਮੈਂ ਚਾਹਨਾ ਵੀ ਸਾਰੇ ਪਿੰਡਪਰਾਵਾਂ ਤੇ ਕੀ ਇਨਫੋਰਮੇਸ਼ਨ ਪਹੁੰਚ ਜੇ ਵੀ ਦੋਸਤੋ ਜਿਵੇਂ ਦੇਖੋ ਹੁਣ ਸਬ ਇਨਸਪੈਕਟਰ ਦੇ ਪੇਪਰ ਵਿੱਚ ਇਹ ਪ੍ਰੋਬਲਮ ਦੇਖਣ ਨੂੰ ਮਿਲੀ ਹੈ ਕਿ ਬੱਚਿਆਂ ਤੱਕ ਈਮੇਲ ਨਹੀਂ ਪਹੁੰਚੀ ਐਡਮਿਟ ਕਾਰਡ ਵੀ ਤੁਹਾਡਾ ਅਪਲੋਡ ਕਰ ਦਿੱਤਾ ਗਿਆ ਤੇ ਕਈ ਬੱਚਿਆਂ ਦਾ ਪੇਪਰ ਰਹਿਣ ਕਰਕੇ ਤੁਹਾਨੂੰ ਮੈਂ ਬੇਨਤੀ ਕਰੂੰਗਾ ਜਿਹੜੇ ਤਾਂ ਸਬ ਇਨਸਪੈਕਟਰ ਦਾ 30 ਜਾਂ 31 ਨੂੰ ਜਿਹੜਾ ਐਡਮਿਟ卡 ਟੈਬ ਦੇ ਵਿੱਚ ਚੈੱਕ ਕਰ ਲੈਣ ਤੁਹਾਡੇ ਅਪਲੋਡ ਹੋ ਗਏ ਆ ਜਾਂ ਨਹੀਂ ਤੇ ਜੇ ਨਹੀਂ ਅਪਲੋਡ ਹੋਏ ਤਾਂ ਕਿਰਪਾ ਕਰਕੇ ਇੱਕ ਵਾਰੀ ਫਾਰਮ ਜਿੱਥੋਂ ਭਰਾਇਆ ਤੁਸੀਂ ਕੈਫੇ ਵਿੱਚ ਜਾ ਕੇ ਇੱਕ ਵਾਰੀ ਉਹਨਾਂ ਤੋਂ ਵੀ ਚੈੱਕ ਕਰਾਓ ਕਿਉਂਕਿ ਕਈ ਵਾਰ ਆਫਦਰ ਨੈਟਵਰਕ ਸਲੋ ਹੁੰਦਾ ਉਥੋਂ ਡਾਊਨਲੋਡ ਕਰਨੇ ਉੱਕੇ ਹੋ ਜਾਂਦੇ ਆ ਤੇ ਤੁਸੀਂ ਉਥੋਂ ਡਾਊਨਲੋਡ ਕਰਾ ਕੇ ਆਪਣਾ ਪੇਪਰ ਦੇ ਨ ਪੁੱਛੋ ਹੁਣ ਆਪਾਂ ਮੇਨ ਗੱਲ ਕਰਦੇ ਹਾਂ ਕਨਸਟੇਬਲ ਦੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਅਗਸਤ ਮਹੀਨੇ ਦੇ ਵਿੱਚ ਤੁਹਾਡਾ ਸ਼ਿਫਟਾਂ ਦੇ ਵਿੱਚ ਐਗਜ਼ਾਮ ਲਿਆ ਜਾਵੇਗਾ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਸਤਰਕ ਕਰ ਦਿੱਤਾ ਗਿਆ ਕਿ ਹਫਤੇ ਪਹਿਲਾਂ ਮਤਲਬ ਕਹਿੰਦਾ ਭਾਵੇਂ ਐਡਮਿਟ ਕਾਰਡ ਦਾ ਅਨਾਉਂਸਮੈਂਟ ਤੁਹਾਨੂੰ ਕੀਤੀ ਜਾਵੇਗੀ ਤੇ ਸਭ ਤੋਂ ਪਹਿਲਾਂ ਤੁਹਾਡਾ ਜ਼ਰੂਰੀ ਕੰਮ ਹੋਵੇਗਾ ਪੰਜਾਬ ਪੁਲਿਸ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਹੁਣ ਜਦੋਂ ਤੁਸੀਂ ਅਗਸਤ ਦਾ ਪਹਿ ਕੀ ਹੁੰਦਾ ਹੈ ਜਿਹੜੀ ਤੁਹਾਡੇ ਕਨਸਟੇਬਲ ਦੀ ਐਡਵਰਟਾਈਜ਼ਮੈਂਟ ਜਿੱਥੇ ਪਈ ਹੈ ਉੱਥੇ ਮੌਕ ਟੈਸਟ ਕਰਨ ਵਾਲੀ ਚੀਜ਼ ਆ ਗਈ ਠੀਕ ਹੈ ਜੇ ਉਹ ਚੀਜ਼ ਆ ਜਾਂਦੀ ਹੈ ਮੈਂਸ਼ਨ ਹੋ ਜਾਂਦੀ ਹੈ ਤਾਂ ਮਤਲਬ ਤੁਹਾਡਾ ਟੈਸਟ ਜਿਹੜਾ ਹੈਗਾ ਉਹ ਹਫ਼ਤੇ ਦੇ ਵਿੱਚ ਵਿੱਚ ਤੁਹਾਡੇ ਐਡਮਿਟ ਕਾਰਡ ਪੈ ਜਾਣਗੇ ਜੇ ਉਹ ਚੀਜ਼ ਹਜੇ ਤੱਕ ਨਹੀਂ ਸ਼ੋ ਹੋ ਰਹੀ ਉਸ ਪੇਜ ਦੇ ਉੱਤੇ ਤਾਂ ਉਹਨਾਂ ਚਿਕਰ ਤੁਹਾਨੂੰ ਨਾ ਹੀ ਕੋਈ ਈਮੇਲ ਆਵੇਗੀ ਤੇ ਨਾ ਹੀ ਤੁਹਾਨੂੰ ਹਜੇ ਕੋਈ ਐਡਮਿਟ ਕਾਰਡ ਅਪਲੋਡ ਹੋਇਆ ਹੋਵੇਗਾ। ਬਾਕੀ ਤੁਹਾਨੂੰ ਪਤਾ ਹੈ ਮੈਂ ਆਪਦੇ ਚੈਨਲ ਤੇ ਤੁਹਾਨੂੰ ਦੱਸਦਾ ਰਹਿਣਾ ਸਾਰੀਆਂ ਚੀਜ਼ਾਂ ਤੇ ਹੁਣ ਮੇਨ ਗੱਲ ਹੁਣ ਆਪਾਂ ਨੇ ਈਮੇਲ ਤੇ। ਦੋਸਤੋ ਜਿਵੇਂ ਤੁਹਾਡੇ ਕੋਲ ਰਜਿਸਟਰਡ ਈਮੇਲ ਤੁਸੀਂ ਦਿੱਤੀ ਹੋਈ ਹੈ Gmail ਵਗੈਰਾ ਦੀ ਜਾਂ ਫਿਰ ਜਿਨ੍ਹਾਂ ਨੇ ਜਿਹੜੀ ਮਤਲਬ ਕਿ ਆਪਣੀ ਆਰਗੇਨਾਈਜੇਸ਼ਨ ਦੀ ਦਿੱਤੀ ਹੋਈ ਹੈ ਕੋਈ ਵੀ ਉਸ ਦੇ ਉੱਤੇ ਤੁਹਾਨੂੰ ਇੱਕ ਰਜਿਸਟਰਡ ਮੈਸੇਜ ਆਵੇਗਾ ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਕਿ ਜਿਹੜੇ ਤੁਹਾਡੇ ਹੈਗੇ ਪੰਜਾਬ ਪੁਲਿਸ ਕਨਸਟੇਬਲ ਦਾ ਐਗਜ਼ਾਮ ਕੰਡਕਟ ਕਰਾਇਆ ਜਾ ਰਿਹਾ ਹੈ ਤੇ ਇਸ ਦੇ ਜਿਹੜੇ ਐਡਮ ਉਸ ਐਸਆਈ ਵੈਲਿਊ ਵੀ ਭੇਜਿਆ ਗਿਆ ਸੀ ਤੇ ਹੁਣ ਵੀ ਭੇਜਿਆ ਜਾਵੇਗਾ ਬਟ ਤੁਸੀਂ ਪਲੀਜ਼ ਕੇਅਰਫੁਲੀ ਰਹਿਣਾ ਕੇਅਰਫੁਲੀ ਕੀ ਰਹਿਣਾ ਜਿਹੜਾ ਤੁਹਾਡਾ ਯੂਜ਼ਰ ਨੇਮ ਹੈ ਤੇ ਲੌਗਇਨ ਪਾਸਵਰਡ ਹੈ ਉਹ ਰੋਜ਼ ਦੀ ਸਵੇਰੇ ਤੇ ਰੋਜ਼ ਦੀ ਸ਼ਾਮ ਨੂੰ ਤੁਸੀਂ ਖੋਲ ਕੇ ਪੰਜਾਬ ਪੁਲਿਸ ਡਿਪਾਰਟਮੈਂਟ ਅਫੀਸ਼ੀਅਲ ਦੀ ਵੈਬਸਾਈਟ ਤੇ ਲੌਗਇਨ ਕਰਕੇ ਜਰੂਰ ਆਪਣਾ ਕੌਨਸਟੇਬਲ ਟੈਬ ਦੇ ਵਿੱਚ ਜਾ ਕੇ ਤੁਸੀਂ ਜਰੂਰ ਵੇਖਣਾ ਉੱਥੇ ਤੁਹਾਡਾ ਰੋਲ ਨੰਬਰ ਅਪਲੋਡ ਹੋਇਆ ਹੈ ਕਿ ਨਹੀਂ ਕਿਉਂਕਿ ਇਸ ਦਾ ਕਾਰਨ ਕੀ ਹੈ ਮੇਰੇ ਬਹੁਤੇ ਭੈਣ ਭਰਾਵਾਂ ਦਾ ਸ਼ਿਫਟਾਂ ਵਿੱਚ ਐਗਜ਼ਾਮ ਹੋਣਾ ਹੈ ਹੁਣ ਠੀਕ ਹੈ ਜੀ ਅਗਸਤ ਮਹੀਨੇ ਵਿੱਚ ਤੇ ਮੈਂ ਸ਼ੋਰਟ ਹੀ ਪਹਿਲੇ ਹਫਤੇ ਜਾਂ ਦੂਸਰੇ ਹਫਤੇ ਵਿੱਚ ਤੁਹਾਡੇ ਜਿਹੜੇ ਐਡਮਿਟ ਕਾਰਡ ਅਪਲੋਡ ਕੀਤੇ ਜਾਣਗੇ ਹੁਣ ਸ਼ਿਫਟਾਂ ਦੇ ਵਿੱਚ ਮੇਰੇ ਦੋਸਤੋ ਕਿਉਂ ਐਗਜ਼ਾਮ ਹੋਣਾ ਤੁਹਾਨੂੰ ਪਤਾ ਹੈ ਹਾਲਾਤ ਮਾੜੇ ਹੋਣ ਕਰਕੇ ਆਪਣਾ ਪੰਜਾਬ ਦੇ ਵਿੱਚ ਕਾਫੀ ਮਤਲਬ ਕਿ ਔਖਾ ਵੀ ਹੋ ਰਿਹਾ ਐਗਜ਼ਾਮ ਕੰਡਕਟ ਕਰਾਣਾ ਕਿਉਂਕਿ ਬਹੁਤੇ ਐਗਜ਼ਾਮ ਜਿਹੜੇ ਹੈਗੇ ਆ ਸੈਂਟਰਲ ਲੈਵਲ ਦੇ ਵੀ ਨਾਲ ਹੀ ਹੀ ਹੋ ਰਹੇ ਨੇ ਤੇ ਦੂਸਰੀ ਗੱਲ ਕੀ ਪਤਾ ਤੁਹਾਡਾ ਇਹ ਐਗਜ਼ਾਮ ਸਤੰਬਰ ਦੀ ਸਟਾਰਟਿੰਗ 'ਚ ਵੀ ਲਿਆ ਜਾ ਸਕਦਾ ਬਟ ਮੇਰੇ ਅਕੋਰਡਿੰਗ ਇਹਨਾਂ ਨੇ ਕਿਹਾ ਵੀ 20 ਤਰੀਕ ਤੋਂ ਬਾਅਦ ਤੁਹਾਡੇ ਪੇਪਰ ਕੰਡਕਟ ਕਰਾਏ ਜਾਣਗੇ ਠੀਕ ਹੈ ਜਿਵੇਂ ਕਿ ਕੱਲ ਦੀ ਮੈਂ ਵੀਡੀਓ ਵਿੱਚ ਤੁ ਸੰਦਾ ਕਿਉਂਕਿ ਆਪਾਂ ਜਦੋਂ ਪੇਪਰ ਆ ਜਾਂਦਾ ਸਿਰ ਤੇ ਉਦੋਂ ਇਹੋ ਜਿਹੀਆਂ ਵੀਡੀਓਜ਼ ਕਦੇ ਨਹੀਂ ਵੇਖਦੇ ਜਿਹੜੀਆਂ ਕਿ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੁੰਦੀਆਂ ਪਰ ਤੁਸੀਂ ਇਗਨੋਰ ਕਰਦੇ ਹੋ ਕਿਉਂਕਿ ਤੁਹਾਡਾ ਉਦੋਂ ਮਨ ਹੁੰਦਾ ਅਸੀਂ ਮੈਰਾਥਨ ਲਗਾ ਲਈਏ ਜਾਂ ਫਿਰ ਕੁਛ ਅਸੀਂ ਹੋਰ ਕੋਈ ਵੀਡੀਓਜ਼ ਦੇਖ ਲਈਏ ਜਿਸ ਨਾਲ ਸਾਡਾ ਪੇਪਰ ਕੰਡਕਟ ਹੋ ਜੇ ਪੇਪਰ ਤਾਂ ਤੁਸੀਂ ਦੇਣ ਜਾਉਂਗੇ ਜੇ ਤੁਹਾਨੂੰ ਇਨਫੋਰਮੇਸ਼ਨ ਪਤਾ ਹੋਊਗੀ ਤੁਹਾਡੇ ਪੇਪਰ ਦਾ ਐਡਮਿਟ ਕਾਰਡ ਕਦੋਂ ਅਪਲੋਡ ਹੋਇਆ ਠੀਕ ਹੈ ਜੀ ਇਹ ਵੀਡੀਓ ਤੁਸੀਂ ਸ਼ੇਅਰ ਕਰਦੇ ਰਹਿਣਾ ਠੀਕ ਹੈ ਦੋਸਤੋ ਮੈਂ ਨਹੀਂ ਚਾਹਦਾ ਕਿਸੇ ਮੇਰੇ ਭੈਣ ਭਰਾ ਦਾ ਕਨਸਟੇਬਲ ਦਾ ਪੇਪਰ ਜਿਹੜਾ ਕਿ ਬਹੁਤ ਸੋਖਾ ਹੁੰਦਾ ਹੈ ਤੇ ਉਸ ਦੇ ਵਿੱਚ ਕੋਈ ਰਹਿ ਜਾਵੇ ਕਈ ਵਾਰ ਤਿਆਰੀ ਪੂਰੀ ਹੁੰਦੀ ਹੈ ਬਟ ਬੱਚਾ ਇਹਨਾਂ ਚੀਜ਼ਾਂ ਤੋਂ ਅੰਗੇਲੀ ਕਰ ਜਾਂਦਾ ਤੁਸੀਂ ਹੁਣ ਕੀ ਕਰਨਾ ਹੈ ਤੁਸੀਂ ਅੱਜ ਦੇ ਦਿਨ ਵੀ ਆਪਣਾ ਇੱਕ ਵਾਰੀ ਉਹ ਕਰਨਾ ਹੈ ਤੁਸੀਂ ਕੀ ਕਹਿੰਦੇ ਹੁੰਦੇ ਚੈੱਕ ਕਰ ਲੈਣਾ ਤੁਸੀਂ ਰੋਲ ਨੰਬਰ ਰੋਲ ਨੰਬਰ ਤੁਸੀਂ ਆਪਣਾ ਯੂਜ਼ਰ ਨੇਮ ਤੇ ਪਾਸਵਰਡ ਭਰ ਕੇ ਤੁਸੀਂ ਇੱਕ ਵਾਰੀ ਚੈੱਕ ਕਰਕੇ ਉਹ ਲੌਗਇਨ ਕਰਕੇ ਕਨਸਟੇਬਲ ਟੈਬ ਦੇ ਵਿੱਚ ਤੁਹਾਡੇ ਐਡਮਿਟ ਕਾਰਡ ਪਈ ਹੈ ਨਹੀਂ ਇਸ ਦਾ ਕਾਰਨ ਕੀ ਹੈ ਤੁਹਾਨੂੰ ਇੱਕ ਵਾਰੀ ਰਿਵੀਜ਼ਨ ਹੋ ਜਾਵੇਗੀ ਵੀ ਕਿੱਦਾਂ ਆਪਾਂ ਚੈੱਕ ਕਰਨਾ ਹੈ ਠੀਕ ਹੈ ਐ ਨਹੀਂ ਵੀ ਤੁਸੀਂ ਪੇਪਰ ਦੇ ਜੇ ਤੁਹਾਨੂੰ ਐਡਮਿਟ ਕਾਰਡ ਦਾ ਅਨਾਉਂਸਮੈਂਟ ਹੋਊਗੀ ਉਦੋਂ ਹੀ ਚੈੱਕ ਕਰਨੇ ਆ ਤੁਸੀਂ ਹੁਣ ਵੀ ਜਾ ਕੇ ਆਪਦਾ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਆਪਾਂ ਕੀ ਕਰਨਾ ਹੈ ਆਪਾਂ ਆਫੀਸ਼ੀਅਲ ਵੈਬਸਾਈਟ ਖੋਲ ਕੇ ਲੌਗਇਨ ਕਰਕੇ ਉਸ ਤੋਂ ਬਾਅਦ ਕੀ ਹੁੰਦਾ ਇੱਕ ਅੱਖ ਜੀ ਬਣੀ ਹੁੰਦੀ ਹੈ ਆਪਣੇ ਨਾਮ ਦੇ ਅੱਗੇ ਉਸ ਤੇ ਕਲਿੱਕ ਕਰਕੇ ਚੈੱਕ ਕਰਨਾ ਹੈ ਕਾਂਸਟੇਬਲ ਦੇ ਵਿੱਚ ਤੁਹਾਡੀ ਐਡਮਿਟ ਕਾਰਡ ਹੈਗੇ ਜਾਂ ਨਹੀਂ ਠੀਕ ਹੈ ਦੋਸਤੋ ਫਿਰ ਇੱਕ ਮੇਰੇ ਦੋਸਤ ਨੂੰ ਮੈਸੇਜ ਆਇਆ ਸੀ ਵੀ ਤੁਹਾਡਾ ਅਪਲੋਡ ਹੋ ਗਿਆ ਐਡਮਿਟ ਕਾਰਡ ਉਹਨਾਂ ਦੀ Gmail ID ਤੇ ਜਦੋਂ ਉਹਨਾਂ ਨੇ ਜਾ ਕੇ ਖੋਲਿਆ ਤਾਂ ਉਸਨੇ ਪਤਾ ਕੀ ਲਿਖਿਆ ਹੋਇਆ ਸੀਗਾ ਵੀ ਤੁਸੀਂ ਹੁਣ ਇਹ ਜਿਹੜਾ ਐਡਮਿਟ ਕਾਰਡ ਸੀ ਤੁਹਾਡਾ ਸਪੋਇਲ ਹੋ ਗਿਆ ਮਤਲਬ ਕਹਿੰਦਾ ਪਾ ਉਹ ਖਤਮ ਹੋ ਗਿਆ ਤੇ ਤੁਹਾਡਾ ਪੇਪਰ ਜਿਹੜਾ ਹੈਗਾ ਲੰਘ ਚੁੱਕਿਆ ਇਹ ਈਮੇਲ ਉਹਨੂੰ ਆਈ ਸੀ ਮਤਲਬ ਕਹਿੰਦਾ ਪਾ ਈਮੇਲ ਇਹ ਆਈ ਸੀ ਵੀ ਤੁਹਾਡਾ ਐਡਮਿਟ ਕਾਰਡ ਅਪਲੋਡ ਹੋ ਚੁੱਕਿਆ ਬਟ ਜਦੋਂ ਉਸਨੇ ਚੈੱਕ ਕੀਤਾ ਦੋ ਤਿੰਨ ਦਿਨਾਂ ਬਾਅਦ ਉਸਨੂੰ ਵੀ ਨਹੀਂ ਪਤਾ ਚੱਲਿਆ ਮੇਰਾ ਐਡਮਿਟ ਕਾਰਡ ਅਪਲੋਡ ਹੋਇਆ ਉਸਦਾ ਪੇਪਰ ਫਿਰ ਲੰਘ ਗਿਆ ਹੁਣ ਦੇਖੋ ਜੀ 1600 ਰੁਪਏ ਉਹਨੇ ਭਰਿਆ ਸੀ ਜਰਨਲ ਕੈਟਾਗਰੀ ਨੂੰ ਬਿਲੋਂ ਤੇ ਉਹ ਹੁਣ ਪਛਤਾ ਰਿਹਾ ਤੇ ਮੈਨੂੰ ਰੋਜ਼ ਮੈਸੇਜ ਕਰਦਾ ਸਰ ਮੈਂ ਕੀ ਕਰਾਂ ਹੁਣ ਮੈਂ ਕਹਾਂ ਮੈਂ ਕਹਾਂ ਅਗਲੇ ਸਾਲ ਦੀ ਹੁਣ ਤਿਆਰੀ ਰੱਖ ਕਿਉਂਕਿ ਉਹ ਤਿਆਰੀ ਬਹੁਤ ਰੱਖੀ ਬੈਠਾ ਤੇ ਉਸ ਨੂੰ ਹੁਣ ਕਨਸਟੇਬਲ ਦਾ ਐਗਜ਼ਾਮ ਦੇਣਾ ਪੈ ਪਵੇਗਾ ਹੁਣ ਉਸ ਲਈ ਹੁਣ ਡੇਲੀ ਉਹ ਈਮੇਲ ਚੈੱਕ ਕਰਦਾ ਉਹ ਕਹਿੰਦਾ ਮੈਨੂੰ ਹੁਣ ਟੈਨਸ਼ਨ ਪੇਪਰ ਇਸ ਵਾਲੇ ਦੀ ਹੈ ਕਿਉਂਕਿ ਉਸਨੇ ਤਿਆਰੀ ਦਿਨ ਰਾਤ ਇੱਕ ਕਰਕੇ ਕੀਤੀ ਸੀ ਪੈਕੇਜ ਲਿੱਤੇ ਹੋਏ ਸੀ ਮਹਿੰਗੇ ਮਹਿੰਗੇ ਤੁਹਾਡੇ ਤੋਂ ਵੀ ਤੇ ਅੱਜ ਉਸ ਨੂੰ ਇਹ ਜਿਹੜੀ ਮੂਰਖਤਾ ਜਿਹੜੀ ਹੈਗੀ ਸੀ ਉਸ ਦੀ ਵੀ ਨਾ ਚੈੱਕ ਕਰਨ ਦੀ ਉਸ ਕਾਰਨ ਇਸ ਨੂੰ ਇਹ ਪੰਗਾ ਪਿਆ ਤਾਂ ਹੀ ਮੈਂ ਅੱਜ ਇਹ ਵੀਡੀਓ ਬਣਾਈ ਹੈ ਤਾਂ ਕਿ ਮੇਰੇ ਥਰੂ ਜਿਹੜਾ ਚੈਨਲ ਦੇਖਦੇ ਆ ਦੋਸਤ ਵਾਦ ਤੋਂ ਵੱਧ ਸ਼ੇਅਰ ਕਰਨ ਪਲੀਜ਼ ਜੇ ਇਹ ਵੀਡੀਓ ਨੂੰ ਤਾਂ ਕਿ ਉਹਨਾਂ ਤੱਕ ਇਹ ਗੱਲ ਪਹੁੰਚ ਜਾਵੇ ਕਿਸੇ ਦਾ ਪੇਪਰ ਨਾ ਰਵੇ ਚਾਹੇ ਉਹ ਚੰਗੇ ਕਰੋ ਹੈ ਚਾਹੇ ਉਹ ਮਾੜੇ ਕਰੋ ਹੈ ਚਾਹੇ ਉਹ ਕਿਤੋਂ ਵੀ ਹੈ ਠੀਕ ਹੈ ਤੁਹਾਡੀ ਤੁਹਾਡਾ ਫਰਜ਼ ਕੀ ਬੰਦਾ ਤੁਸੀਂ ਉਸ ਤੱਕ ਮੈਸੇਜ ਮਚਾਣਾ ਮੈਂ ਇਸੇ ਕਰਕੇ ਕਹਿਣਾ ਕਿਸੇ ਵੀ ਦੋਸਤ ਨੂੰ ਜੇ ਬਗਰ ਕੋਈ ਪ੍ਰੋਬਲਮ ਹੈ ਜਾਂ ਰੋਲ ਨੰਬਰ ਕੱਢਣ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਆਪਾਂ ਸਪੈਸ਼ਲ ਇੱਕ ਵੀਡੀਓ ਬਣਾਵਾਂਗੇ ਉਸ ਦੇ ਵਿੱਚ ਮੈਂ ਲਾਈਵ ਤੁਹਾਨੂੰ ਕੱਢ ਕੇ ਦਿਖਾਉਂਗਾ ਰੋਲ ਨੰਬਰ ਕਿਵੇਂ ਤੁਸੀਂ ਡਾਊਨਲੋਡ ਕਰਨਾ ਹੈ ਤੇ ਕਿਵੇਂ ਤੁਸੀਂ ਪ੍ਰਿੰਟ ਕਰਾ ਕੇ ਆਣਾ ਸਾਰਾ ਕੁਝ ਪ੍ਰੋਪਰ ਦੱਸੂਗਾ ਬਟ ਪਲੀਜ਼ ਤੁਸੀਂ ਸਾਰੇ ਬੱਚਿਆਂ ਨੂੰ ਕਹਿ ਦੇਣਾ ਈਮੇਲ ਦੇ ਭਰੋਸੇ ਨਹੀਂ ਰਹਿਣਾ ਜੀਮੇਲ ਵਾਲੀ ਤੇ ਤੁਸੀਂ ਡੇਲੀ ਯੂਜ਼ਰ ਨੇਮ ਤੇ ਪਾਸਵਰਡ ਭਰ ਕੇ 1 ਅਗਸਤ ਤੋਂ ਸ਼ੁਰੂ ਹੋ ਜਾਣਾ ਠੀਕ ਹੈ ਤੁਸੀਂ ਆਪਣੀ ਜਿਹੜੀ ਆਫੀਸ਼ੀਅਲ ਵੈਬਸਾਈਟ ਪੰਜਾਬ ਪੁਲਿਸ ਦੀ ਹੈਗੀ ਉਸ ਤੇ ਜਾ ਕੇ ਆਪਣਾ ਰੋਲ ਨੰਬਰ ਚੈੱਕ ਕਰਦੇ ਰਹਿਣਾ ਠੀਕ ਹੈ ਹੁਣ ਮੈਂ ਨਹੀਂ ਚਾਹੁੰਦਾ ਮੇਰੇ ਜਿਵੇਂ ਵੱਡੇ ਭਰਾ ਜਿਹੜਾ ਦੋਸਤ ਹੈ ਜਿਹੜਾ ਮੇਲਾ ਉਹਨੂੰ ਮੈਂ ਵੱਡਾ ਭਰਾ ਹੀ ਕਹਿੰਦਾ ਉਸ ਨਾਲ ਜਿਵੇਂ ਮਾੜੀ ਹੋਈ ਹੈ ਤੇ ਐ ਨਾ ਹੋਵੇ ਕਿ ਤੇ ਤੁਹਾਡੇ ਨਾਲ ਵੀ ਹੋ ਜਾਵੇ ਠੀਕ ਹੈ ਅੱਜ ਤੱਕ ਉਹ ਮੈਨੂੰ ਡੇਲੀ ਮੈਨੂੰ ਇਹੀ ਕ ਵੀ ਮੇਰੀ ਜਿਹੜੀ ਤਿਆਰੀ ਉਹ ਤਿਆਰੀ ਦੀ ਤਿਆਰੀ ਰਹਿ ਗਈ ਹੁਣ ਮੈਨੂੰ ਕਾਂਸਟੇਬਲ ਦੀ ਭਰਤੀ ਦੇਣੀ ਪਵੇਗੀ ਮੈਂ ਕਿਹਾ ਜੋ ਕਰਦਾ ਰੱਬ ਚੰਗੇ ਲਈ ਕਰਦਾ ਹੈ ਕੀ ਪਤਾ ਤੂੰ ਵਧੀਆ ਕਾਂਸਟੇਬਲ ਲੱਗ ਕੇ ਗਾਂ ਤੋਂ ਵੱਡੀ ਡੀਐਸਪੀ ਐਸਐਸਪੀ ਦੀ ਤਿਆਰੀ ਕਰਨੀ ਹੋਵੇ ਠੀਕ ਹੈ ਇਹ ਕਿਸਮਤ ਤੇ ਭਰੋਸਾ ਮੈਂ ਕਿਹਾ ਤੂੰ ਕਰਿਆ ਕਰ ਵੀ ਰੱਬ ਨੇ ਕੀ ਪਤਾ ਚੰਗਾ ਹੀ ਕੀਤਾ ਹੋਵੇ ਤੇਰੇ ਲਈ ਹਨਾ ਮਾੜੀ ਮੋਟੀ ਜੋਬ ਲੈਣ ਨਾਲੋਂ ਕੀ ਪਤਾ ਤੂੰ ਤਕੜੇ 17 ਵਾਲਾ ਮਤਲਬ ਬੰਦਾ ਹੋਵੇ ਤੁਹਾਨੂੰ ਤੀਨੋ ਛੋਟੀ ਜੌਬ ਦਵਾ ਕੇ ਉਹਨਾਂ ਖਰਚਿਆਂ ਦੇ ਥਰੂ ਤੂੰ ਕਾਂ ਜਾ ਕੇ ਵੱਡਾ ਅਫਸਰ ਲੱਗ ਜਾਵੇ ਕੀ ਪਤਾ ਸੋ ਇਸ ਕਰਕੇ ਮੈਂ ਨਹੀਂ ਚਾਹੁੰਦਾ ਵੀ ਤੁਸੀਂ ਵੀ ਇਦਾਂ ਮਤਲਬ ਕਹਿੰਦਾ ਆਪਾਂ ਪਛਤਾਉ ਕਨਸਟੇਬਲ ਦਾ ਐਗਜ਼ਾਮ ਇੱਕ ਹੁਣ 2023 ਦਾ ਆਖਰੀ ਐਗਜ਼ਾਮ ਹੈ ਕਈਆਂ ਦੇ ਤਾਂ ਏਜ ਫੈਕਟਰ ਦੀ ਪ੍ਰੋਬਲਮ ਹੋਵੇਗੀ ਕਈਆਂ ਨੇ ਮਤਲਬ ਕਹਿੰਦਾ ਆ ਪਹਿਲੀ ਵਾਰ ਦੇਣਾ ਐਗਜ਼ਾਮ ਤੇ ਕਈਆਂ ਦਾ ਮਤਲਬ ਭਰੋਸਾ ਹੀ ਕਨਸਟੇਬਲ ਤੇ ਹੈ ਵੀ ਅਸੀਂ ਇਹ ਲੱਗ ਜਾਾਂਗੇ ਹਨਾ ਜੀ ਸੋ ਆਪਾਂ ਕਿਸੇ ਦਾ ਭਰੋਸਾ ਹਾਰਨ ਨਹੀਂ ਦੇਣਾ ਸੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਤੁਸੀਂ ਕਰਨੀ ਹੈ ਜੇਕਰ ਕਿਸਮਾ ਚ ਦਾਣਾ ਪਾਣੀ ਜੋ ਤੋਂ ਲਿਖਿਆ ਉਦੋਂ ਹੀ ਮਿਲਣਾ ਤੁਹਾਨੂੰ ਵੀ ਪਤਾ ਹੈ ਠੀਕ ਹੈ ਰੱਬ ਨੇ ਕੀ ਬਤਾ ਉਸ ਦੇ ਨਾਲ ਮਾੜੀ ਕੀਤੀ ਹੋਵੇ ਇਹਨੇ ਕਿਸੇ ਦੀ ਤੇ ਉਸ ਦੇ ਕਰਕੇ ਇਸ ਦੇ ਇਹਦੇ ਵਿੱਚੋਂ ਮਨ ਲੋ ਕੱਢ ਲਿਆ ਬਦਲਾ ਠੀਕ ਹੈ ਸੋ ਇਸੇ ਕਰਕੇ ਕਿਸੇ ਦਾ ਮਾੜਾ ਵੀ ਨਹੀਂ ਕਰਨਾ ਆਪਾਂ ਸਭ ਦਾ ਚੰਗਾ ਕਰਨਾ ਮੈਂ ਤਾਂ ਇਹੀ ਕਹੂੰਗਾ ਵੀ ਜੋ ਵੀ ਹੁੰਦਾ ਚੰਗੇ ਲਈ ਹੁੰਦਾ ਠੀਕ ਹੈ ਜੀ ਹੁਣ ਤੁਸੀਂ ਮਿਹਨਤ ਤੇ ਆਪਣਾ ਤਿਆਰੀ ਰੋ 2024 ਵਾਲੇ ਵੀ ਮੇਰੇ ਮੇਰੇ ਭੈਣ ਭਰਾ ਜਿਨ੍ਹਾਂ ਨੇ ਹੁਣ ਗ੍ਰੈਜੂਏਸ਼ਨ ਪਲੱਸ 2 ਕਰ ਲਈ ਹੈ ਉਹ ਪਲੀਜ਼ ਤਿਆਰੀਆਂ ਤੇ ਜੁਟ ਜਾਓ ਤੁਹਾਡੇ ਲਈ ਹੀ ਬਹੁਤ ਟਾਈਮ ਲੱਗੇਗਾ ਤੁਹਾਨੂੰ 7-8 ਮਹੀਨੇ ਲੱਗਣੇ ਆ ਸਿਲੇਬਸ ਨੂੰ ਸਮਝਣ ਲਈ ਤੇ ਜੇਕਰ ਤੁਸੀਂ ਟੈਸਟ ਸੀਰੀਜ਼ ਜੁਆਇਨ ਕਰੋਗੇ ਫੇ ਤੁਹਾਨੂੰ 12 ਮਹੀਨੇ ਦੇ ਵਿੱਚ ਵਿੱਚ ਸਾਰਾ ਤਿਆਰ ਹੋਣਾ ਪਵੇਗਾ ਜੇ ਤੁਸੀਂ 2024 ਦੇ ਵਿੱਚ ਵਰਦੀ ਪਾਣਾ ਚਾਹੁੰਦੇ ਹੋ ਠੀਕ ਹੈ ਜੀ ਤੇ ਇੱਕ ਗੱਲ ਹੋਰ ਦੋਸਤੋ ਜੇ ਤੁਹਾਡੇ ਕੋਈ ਯੂਜ਼ਰ ਆਈਡੀ ਤੇ ਪਾਸਵਰਡ ਨਹੀਂ ਹੈ ਠੀਕ ਹੈ ਜੀ ਕਿਰਪਾ ਕਰਕੇ ਆਪਣੀ ਜਿਹੜੀ ਈਮੇਲ ਹੈ ਉਸ ਦੇ ਵਿੱਚ ਵੀ ਚੈੱਕ ਕਰੋ ਤੇ ਜਿਹੜਾ ਰਜਿਸਟਰਡ ਮੋਬਾਈਲ ਨੰਬਰ ਹੈ ਉਸ ਦੇ ਮੈਸੇजेस 'ਚ ਵੀ ਚੈੱਕ ਕਰੋ ਜੇ ਨਹੀਂ ਹੈ ਤਾਂ ਕੈਫੇ ਵਾਲੇ ਨਾਲ ਇਨਫੋਰਮ ਕਰੋ ਉਹ ਤੁਹਾਨੂੰ ਫੋਰਗੇਟ ਕਰਕੇ ਪਾਸਵਰਡ ਨਵਾਂ ਦੱਸ ਦਵੇਗਾ ਯੂਜ਼ਰ ਆਈਡੀ ਉਸ ਨੂੰ ਪਤਾ ਲੱਗ ਜਾਵੇਗੀ ਠੀਕ ਹੈ ਉਸ ਦੇ ਕੋਲ ਜਿਹੜਾ ਫਾਰਮ ਭਰ ਕੇ ਤੁਹਾਨੂੰ ਦਿੱਤਾ ਸੀ ਸਰਫੋਸ ਨੂੰ ਉਹ ਦਿਖਾ ਦਿਓ ਆਪਣੇ ਆਪ ਤੁਹਾਡਾ ਹੈਂਡਲ ਕਰ ਲਵੇਗਾ ਸਾਰਾ ਸਿਸਟਮ ਠੀਕ ਹੈ ਜੀ ਕਿਰਪਾ ਕਰਕੇ ਵੱਧ ਤੋਂ ਵੱਧ ਦੋਸਤੋ ਇਹ ਸ਼ੇਅਰ ਕਰਨੀ ਆਪਾਂ ਕਿਸੇ ਦਾ ਮਾੜਾ ਨਹੀਂ ਹੋਣ ਦੇਣਾ ਠੀਕ ਹੈ ਤੇ ਜਿਹੜੇ ਵੀ ਕਿਸੇ ਬੱਚੇ ਨੂੰ ਪ੍ਰੋਬਲਮ ਹੈ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਪੁੱਛਿਆ ਕਰੋ ਤੁਹਾਡਾ ਵੱਡਾ ਭਰਾ ਤੁਹਾਡੇ ਨਾਲ ਖੜਾ ਹੈ ਠੀਕ ਹੈ ਕਿਉਂਕਿ ਆਪਾਂ ਅਪਡੇਟ ਟਾਈਮ ਟੂ ਟਾਈਮ ਤਾਂ ਦਿੰਦੇ ਰਹਿੰਦੇ ਆ ਕਿਸੇ ਬੱਚੇ ਨੂੰ ਮਤਲਬ ਕਹਿੰਦਾ ਪਾ ਵੱਡੀ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪੈ ਜਾਵੇ ਅੱਜ ਕੱਲ੍ਹ ਹਾਲਾਤ ਵੀ ਹੋ ਜੇ ਕੋਈ ਤੁਹਾਡਾ ਸਾਥ ਨਹੀਂ ਦਿੰਦਾ ਸਿਰਫ ਉਹੀ ਸਾਥ ਦਿੰਦੇ ਆ ਜਿਹੜੇ ਦਿਲ ਦੇ ਚੰਗੇ ਹੁੰਦੇ ਦਾ ਮੇਰੇ ਕਰਕੇ ਕੋਈ ਬੱਚਾ ਜਿਹੜਾ ਹੈਗਾ ਕਦੇ ਵੀ ਬਾਅਦ ਚ ਸਰ ਤੁਸੀਂ ਸਾਨੂੰ ਦੱਸਿਆ ਨਹੀਂ ਆਪਾਂ ਤੁਹਾਨੂੰ ਐਡਵਾਂਸ ਦੇ ਵਿੱਚ ਹਰ ਇੱਕ ਚੀਜ਼ ਦੱਸ ਰਹੇ ਹਾਂ ਠੀਕ ਹੈ ਤੇ ਆਪਣੇ ਨਾਲ ਜੁੜੋ ਤੁਸੀਂ ਵੱਧ ਤੋਂ ਵੱਧ ਨਾਲੇ ਹੋਰ ਵੀ ਪੈਣਪਰਾਉਣ ਨੂੰ ਜੋੜੋ ਬਾਕੀ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਧੰਨਵਾਦ ਤੇ ਜੈ ਹਿੰਦ